ਫਾਜ਼ਿਲਕਾ ਦੀ ਟ੍ਰੈਫਿਕ ਪੁਲਿਸ ਦੇ ਵੱਲੋਂ ਬਾਦਾ ਟੀ ਪੁਆਇੰਟ ਤੇ ਲਗਾਇਆ ਗਿਆ ਨਾਕਾ ਅਤੇ ਕੀਤੀ ਗਈ ਵਹੀਕਲਾਂ ਦੀ ਚੈਕਿੰਗ। ਸਤਿ ਸ਼੍ਰੀ ਅਕਾਲ ਦੋਸਤੋ, ਤੇ ਮੈਂ ਹਾਂ ਸਾਜਨ ਗੁਗਲਾਨੀ, ਇਸ ਵੇਲੇ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਫਾਜ਼ਿਲਕਾ ਦੇ ਟ੍ਰੈਫਿਕ ਪੁਲਿਸ ਦੇ ਵੱਲੋਂ, ਜਿਹੜਾ ਕੀ ਹੈ ਅੱਜ ਬਾਦਾ ਟੀ ਪੁਆਇੰਟ ਤੇ ਨਾਕਾ ਲਗਾਇਆ ਗਿਆ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸਾਡੇ ਪੱਤਰਕਾਰ ਅਨਮੋਲ ਭਾਰਗਵ ਦੇ ਵੱਲੋਂ ਵਿਸ਼ੇਸ਼ ਕਵਰੇਜ ਕੀਤੀ ਗਈ। ਪਹਿਲਾਂ ਵੇਖੋ ਇਹ ਤਸਵੀਰਾਂ ਅਤੇ ਗੱਲਬਾਤ ਵੀ ਕੀ ਕਰਨੇ ਆ, ਕੀ ਕਹਿਣਾ ਹੈ ਏ ਐਸ ਆਈ ਭਵਨ ਸ਼ਰਮਾ ਜੀ ਦਾ। किस तरह की नाकेबंदी की गई है? ਫਾਜ਼ਿਲਕਾ ਐਂਟਰੀ ਵਾਧਾ ਤਕਾਉਣੀ ਜੀ, ਸੀਨੀਅਰ ਪੁਲਿਸ ਅਫਸਰ ਐਸ ਐਸ ਪੀ ਸਾਹਿਬ ਦੀ ਹਦਾਇਤਾਂ ਜੀ, ਡੀ ਐਸ ਪੀ ਸਾਹਿਬ ਅਤੁਲ ਸੋਨੀ ਦੀ ਹਦਾਇਤਾਂ ਨੂੰ ਮੁਤਾਬਕ ਜੀ ਨਾਕਾਬੰਦੀ ਕਰਕੇ ਜਿਹੜੇ ਵਹੀਕਲਾਂ 'ਤੇ ਕਾਗਜ਼ ਚੈੱਕ ਕੀਤੇ ਨੇ, ਜਿਹੜੇ ਸਤਰਵਾਲੀ ਜੀ ਹੈਲਮਟ, ਸੀਟ ਬੈਲਟ, ਆਰ ਸੀ ਦੀ ਬੀਮਾ, ਪੋਲਿਊਸ਼ਨ ਲਾਇਸੈਂਸ ਜਾਂ 18 ਸਾਲ ਸਪੈਸ਼ਲ ਚੈਕਿੰਗ, ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਜਿਹਨਾਂ ਕੋਲ ਡਾਕੂਮੈਂਟ ਪੂਰੇ ਨਹੀਂ ਹੁੰਦੇ ਉਹਨਾਂ ਦੇ ਚਲਾਣ ਵੀ ਕੀਤੇ ਜਾ ਰਹੇ ਨੇ। ਨਾਲ ਇਹਨਾਂ ਨੂੰ ਹਦਾਇਤ ਕੀਤੀ ਹੋਈ ਆਪ ਵੀ ਲੇਨ ਡਰਾਈਵਿੰਗ ਦੇ ਵਿੱਚ ਵਹੀਕਲ ਚਲਾਇਆ ਕਰੋ, ਸੀਟ ਬੈਲਟ ਦਾ ਪ੍ਰਯੋਗ ਕਰੋ, ਵਹੀਕਲ ਚਲਾਉਂਦਿਆਂ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ, ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਵਹੀਕਲ ਨਾ ਚਲਾਓ, ਕਿਉਂਕਿ ਜਦੋਂ ਅਸੀਂ ਨਸ਼ਾ ਕਰਕੇ ਵਹੀਕਲ ਚਲਾਉਂਦੇ ਹਾਂ ਸਾਡਾ ਦਿਮਾਗ ਖੁੱਲ੍ਹ ਹੋਏਗਾ, ਜਿਹੜਾ ਐਕਸੀਡੈਂਟਾਂ ਦਾ ਕਾਰਨ ਬਣਦਾ। ਜਿਹੜਾ ਹੈਲਮਟ ਹੈ ਉਹ ਸਾਡੀ ਸਿਹਤ ਨੂੰ ਸੁਰੱਖਿਅਤ ਰੱਖਦਾ। ਟੂ ਵੀਲਰ ਦੇ ਹੈਲਮਟ ਦਾ ਪ੍ਰਯੋਗ ਕਰੋ, ਫੋਰ ਵੀਲਰ ਦੇ ਸੀਟ ਬੈਲਟ, ਵਹੀਕਲ ਚਲਾਉਂਦੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਜੀ, ਟ੍ਰੈਫਿਕ ਨਿਯਮਾਂ ਦੀ ਵੱਧ ਤੋਂ ਵੱਧ ਪਾਲਣਾ ਕਰੋ। ਇਸ ਤਹਿਤ ਅਸੀਂ ਜਿਹੜੇ ਚੈਕਿੰਗ ਕਰਕੇ ਇਹਨਾਂ ਚਲਾਣ ਵੀ ਕੱਢੇ ਜਾ ਰਹੇ ਨੇ, ਅਤੇ ਜਾਂ ਜਿਹੜੇ ਲੋਡਿੰਗ ਗੱਡੀਆਂ ਦੇ ਵਿੱਚ ਸਵਾਰੀਆਂ ਬਿਠਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਹਦਾਇਤ ਕੀਤੀ ਜਾਂਦੀ ਹੈ ਵੀ ਇਹਨਾਂ ਦੇ ਵਿੱਚ ਸਵਾਰੀਆਂ ਲਾਉਣ ਲਈ ਆਪਣੇ ਤੁਸੀਂ ਧਵਾ ਦਵਾਈ ਵਾਲੇ ਵਹੀਕਲ ਹੈ, ਇਹਦੇ ਵਿੱਚ ਧਵਾ ਦਵਾਈ ਦਾ ਹੀ ਸਮਾਨ ਹੈ, ਸਵਾਰੀ ਲੋਡ ਨਹੀਂ। ਇਸ ਕਰਕੇ ਇਹਨੂੰ ਚੈਕਿੰਗ ਕਰਕੇ ਚਲਾਣ ਕੀਤੇ। ਕਿੰਨੇ ਚਲਾਣ ਕਿੰਨੇ ਕੱਟ ਦਿੱਤੇ? 7 ਕੁ ਚਲਾਣ ਕੱਟਦੇ ਜੀ। ਕੀ ਸੰਦੇਸ਼ ਕੀ ਦੇਣਾ ਚਾਹੋਗੇ ਲੋਕਾਂ ਨੂੰ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ? ਸਾਡਾ ਤਾਂ ਇਹੀ ਹੈ ਜੀ ਵੀ ਆਪਦੇ ਕਾਗਜ਼ ਜਿਹੜੇ ਹੈ ਡੀ ਐਲ, ਆਰ ਸੀ, ਬੀਮਾ, ਪੋਲਿਊਸ਼ਨ, ਆਪਦੇ ਕਾਗਜ਼ ਡਿਜੀ ਲੋਕਰ 'ਚ ਹਾਈ ਸਕਿਓਰਿਟੀ ਪਲੇਟਾਂ ਲਵਾ ਕੇ ਰੱਖੋ ਜੀ। ਮੋਬਾਈਲ ਫੋਨ ਦੀ ਵਹੀਕਲ ਚਲਾਉਂਦੇ ਵਰਤੋਂ ਨਾ ਕਰੋ, ਟੂ ਵੀਲਰ ਦੇ ਹੈਲਮਟ ਦਾ ਪ੍ਰਯੋਗ ਕਰੋ, ਫੋਰ ਵੀਲਰ ਦੇ ਸੀਟ ਬੈਲਟ ਦਾ ਪ੍ਰਯੋਗ ਕਰੋ। ਜਿਹੜੀਆਂ ਰੋਡ ਐਕਸੀਡੈਂਟਾਂ 'ਚ ਜੀ ਜਾਨਾਂ ਜਾ ਰਹੀਆਂ ਉਹਨਾਂ ਨੂੰ ਜਾਨਾਂ ਨੂੰ ਬਚਾਇਆ ਜਾ ਸਕੇ ਜੀ, ਕੀਮਤੀ ਜਾਨਾਂ ਨੂੰ ਅਸੀਂ ਸਾਡਾ ਇਹੀ ਉਪਰਾਲਾ ਇਹ ਵੀ ਨਸ਼ਾ ਕਰਕੇ ਖਾਸ ਕਰਕੇ ਸ਼ਰਾਬ ਪੀ ਕੇ ਜਾਂ ਹੋਰ ਨਸ਼ਾ ਕਰਕੇ ਵਹੀਕਲ ਨਾ ਚਲਾਓ, ਨਹੀਂ ਤਾਂ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਗਈ, ਨਹੀਂ ਬਖਸ਼ੀ ਜੀ। ਧੰਨਵਾਦ।